ਪਿਆਨਾ ਗਊਸ਼ਾਲਾ ਜੋ ਕਿ ਨੇੜੇ ਇੰਡੀਅਨ ਆਇਲ ਪੈਟਰੋਲ ਪੰਪ ਪਿੰਡ ਸਿੰਘਾਂ ਵਾਲਾ ਮੋਗਾ ਵਿਖੇ ਸਥਿਤ ਹੈ। ਪਿਆਨਾ ਗਊਸ਼ਾਲਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਿੰਡ ਸਿੰਘਾਂ ਵਾਲਾ ਮੋਗਾ ਅਤੇ ਸਮੂਹ NRA ਵੀਰਾਂ ਦੇ ਸਹਿਯੋਗ ਸਦਕਾ ਇਹ ਗਊਸ਼ਾਲਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਦੂਰੋਂ ਦੂਰੋਂ ਸੰਗਤ ਇੱਥੇ ਪਹੁੰਚਦੀ ਹੈ, ਜਿਨ੍ਹਾਂ ਦੀਆਂ ਮਨ ਚਾਹੀਆਂ ਅਰਦਾਸਾਂ ਇੱਥੇ ਪੂਰੀਆਂ ਹੁੰਦੀਆਂ ਨੇ। ਮਿਤੀ 1, 2 ਅਤੇ 3 ਦਸੰਬਰ ਨੂੰ ਇਸ ਸਥਾਨ 'ਤੇ ਬਾਬਾ ਓਮ ਭਾਰਤੀ ਜੀ ਦੀ ਸਾਲਾਨਾ ਬਰਸੀ ਬੜੀ ਹੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਨੂੰ ਸੰਗਤਾਂ ਨੇ ਬੜੀ ਹੀ ਸ਼ਰਧਾ ਨਾਲ ਛਕਿਆ। ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਕੁਝ ਝਲਕੀਆਂ 'ਤੇ। ਦਰਸ਼ਕ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਭਿਆਨਾ ਸਾਹਿਬ ਗਊਸ਼ਾਲਾ ਜਿਹੜੀ ਕਿ ਇੱਕ ਐਸਾ ਸਥਾਨ ਹੈ ਬਿਲਕੁਲ GT ਰੋਡ ਦੇ ਉੱਪਰ, ਜਿੱਥੇ ਅੱਜ ਸੰਤ ਉਮਾ ਭਾਰਤੀ ਜੀ ਜਿਹੜੀ ਯਾਦ ਦੇ ਵਿੱਚ ਸਮਾਗਮ ਜਿਹੜੇ ਹੋ ਰਹੇ ਨੇ। ਔਰ ਗੱਲ ਕਰ ਰਹੇ ਵੀਰ ਜੀ ਹੋਰਾਂ ਦੇ ਨਾਲ, ਜਿਹੜੇ ਕੈਲਗਿਰੀ ਤੋਂ ਆਪਣੀ ਨੇਕ ਕਮਾਈ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਪਾਉਂਦੇ ਨੇ, ਔਰ ਵੀਰ ਜੀ ਦੇ ਨਾਲ ਜਿਹੜੇ ਕਿ ਇੱਕ ਫੀਡ ਫੈਕਟਰੀ ਚਲਾ ਰਹੇ ਨੇ ਔਰ ਇਸ ਸਥਾਨ ਦੇ ਉੱਤੇ ਬਹੁਤ ਦਿਲ ਦੇ ਨਾਲ ਸੇਵਾ ਕਰਦੇ ਨੇ। ਵੀਰ ਜੀ ਤੁਹਾਡਾ ਦੋਨਾਂ ਦਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ ਬਾਈ ਜੀ ਤੁਹਾਡਾ ਚੈਨਲ ਦਾ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਇੱਥੇ ਪਹੁੰਚਣ 'ਤੇ, ਜੀ ਆਇਆਂ ਨੂੰ, ਸਾਰੀ ਕਮੇਟੀ ਵੱਲੋਂ, ਗਊਸ਼ਾਲਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੱਥੇ ਪਹੁੰਚਣ 'ਤੇ। ਵੀਰ ਜੀ ਇੱਕ ਹੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਸਾਰਾ ਪਿੰਡ ਜਿਹੜਾ ਹੈਗਾ ਉਹ ਨਕਮਸਤਕ ਹੁੰਦਾ ਇਸ ਪਵਿੱਤਰ ਸਥਾਨ ਦੇ ਸੇਵਾ ਕਰ ਰਹੇ ਨੇ, ਔਰ ਜਦੋਂ ਆਪਾਂ ਦੇਖ ਰਹੇ ਹਾਂ ਕਿ ਅੱਜ ਹਜ਼ਾਰਾਂ ਦੀ ਗਿਣਤੀ ਸੰਗਤਾਂ ਜਿਹੜੀਆਂ ਨਕਮਸਤਕ ਹੋ ਰਹੀਆਂ ਨੇ, ਸਵਾਮੀ ਰਾਮ ਤੀਰਥ ਜੀ ਆਏ ਹੋਏ ਨੇ, ਹੋਰ ਮਹਾਂਪੁਰਖ ਆ ਕੇ ਲੋਕਾਂ ਦੀਆਂ એનર્ਜੀਆਂ ਨੂੰ ਰੀਚਾਰਜ ਕਰ ਰਹੇ ਨੇ, ਕੀ ਕਹਿਣਾ ਚਾਹੋਗੇ ਕਿ ਇਹ ਸਥਾਨ ਜਿਹੜਾ ਕਿ ਬੜੀਆਂ ਘਾਲਾਂ ਘਾਲ ਕੇ ਬੜੀਆਂ ਮਿਹਨਤਾਂ ਦੇ ਨਾਲ ਜਿਹੜਾ ਹੈਗਾ ਇਹ ਤਿਆਰ ਹੋਇਆ, ਔਰ ਹੁਣ ਇੱਥੇ ਗਊਆਂ ਦੀ ਸੇਵਾ ਜਿਹੜੀ ਹੈ ਬਹੁਤ ਹੋ ਰਹੀ ਹੈ, ਆਸ ਪਾਸ ਦੇ ਪਿੰਡਾਂ ਨੂੰ ਬਹੁਤ ਵੱਡਾ ਫਾਇਦਾ ਹੋ ਗਿਆ। ਕਿ ਅੱਗੇ ਆਪਾਂ ਸਿੰਘਾਂ ਵੱਲ ਜਦੋਂ ਜਾਂਦੇ ਸੀ ਮੇਨ ਰੋਡ ਦੇ ਉੱਪਰ ਤਾਂ ਆਪਾਂ ਨੂੰ ਗਊਆਂ ਮਿਲਦੀਆਂ ਸੀਗੀਆਂ, ਐਕਸੀਡੈਂਟਾਂ ਦਾ ਕਾਰਨ ਬਣਦੀਆਂ ਸੀਗੀਆਂ, ਲੇਕਿਨ ਅੱਜ ਉਹ ਗਊਆਂ ਵਿਚਾਰੀਆਂ ਆਰਾਮ ਨਾਲ ਦਾਣਾ ਪਾਣੀ ਖਾ ਰਹੀਆਂ ਨੇ, ਔਰ ਨਾਲ ਉਹ ਲੋਕਾਂ ਦੇ ਲਈ ਇੱਕ ਆਸਾ ਦਾ ਕੇਂਦਰ ਬਣ ਚੁੱਕੀਆਂ। ਬਸ ਬਾਬਾ ਜੀ ਨੇ ਸਾਨੂੰ ਸੇਵਾ ਬਖਸ਼ੀ ਕਰੀ ਜਾਂਦੀ ਜੀ, ਅਸੀਂ ਗਊਆਂ ਦੀ ਸੇਵਾ ਕਰਦੇ ਜੀ। ਕੀ ਕਹਿਣਾ ਚਾਹੋਗੇ ਕਿ NRA ਵੀਰ ਵੀ ਜਿਹੜਾ ਪਵਿੱਤਰ ਸੇਵਾ ਦੇ ਵਿੱਚ ਹੀ ਖੁਸ਼ ਰਹਿੰਦੇ ਜਿੱਥੇ ਸੇਵਾ ਵਾਕਈ ਹੋ ਰਹੀ ਹੋਵੇ, ਔਰ ਇਸ ਸਥਾਨ ਦੇ ਉੱਤੇ ਵਾਕਈ ਗਊਆਂ ਦੀ ਸੇਵਾ ਜਿਹੜੀ ਆ ਪੂਰੀ ਤਰ੍ਹਾਂ ਹੋ ਰਹੀ ਆ। NRA ਵੀਰ ਪੈਸੇ ਦੇਣ ਤੋਂ ਕੋਈ ਇਤਰਾਜ਼ ਨਹੀਂ ਕਰਦੇ ਕਿ ਸਾਨੂੰ ਫੰਡ ਦੇਣਾ ਪਊ ਜਾਂ ਹੋਰ, ਉਹ ਤਾਂ ਕਹਿੰਦੇ ਵੀ ਸੇਵਾ ਹੋਣੀ ਚਾਹੀਦੀ ਅਸੀਂ ਫਿਰ ਫੰਡ। ਹਾਂਜੀ, ਬਹੁਤ ਖੁਸ਼ੀ ਮਿਲਦੀ ਜੀ ਉਹਨਾਂ ਨੂੰ ਸਾਰਿਆਂ ਨੂੰ ਸੇਵਾ ਕਰਕੇ, ਗਊਆਂ ਦੀ ਸੇਵਾ ਕਰਕੇ ਜੀ, ਅਤੇ ਸਾਰੇ ਗਊ ਮਤ ਦੇ ਨਾਲ ਜੁੜੇ ਜੀ ਸੇਵਾ ਕਰਦੇ ਗਊਆਂ ਦੀ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਅੱਜ ਸੈਂਕੜਿਆਂ ਦੀ ਗਿਣਤੀ ਸੇਵਾਦਾਰੀ ਨੇ, ਕੋਈ ਰੋਟੀ ਬਣਾ ਰਿਹਾ ਹੈਗਾ, ਕੋਈ ਸੇਵਾ ਕਰ ਰਿਹਾ, ਕੋਈ ਫਿਜੀਕਲੀ ਸੇਵਾ ਕਰ ਰਿਹਾ, ਕੋਈ ਪੈਸਿਆਂ ਨਾਲ ਸੇਵਾ ਕਰ ਰਿਹਾ, ਪਿੰਡਾਂ ਦੇ ਵਿੱਚ ਪਿੰਡ ਜਿਹੜੇ ਹੈਗੇ ਨਕਮਸਤਕ ਹੋ ਰਹੇ ਨੇ, ਬਾਘਾ ਪੁਰਾਣੇ ਦੇ ਬਹੁਤ ਲੋਕ ਆਏ ਹੋਏ ਨੇ, ਆਸ ਪਾਸ ਦਾ ਇਲਾਕਾ ਜਿਹੜਾ ਹੈਗਾ ਸਾਰਾ ਨਕਮਸਤਕ ਹੋ ਰਿਹਾ। ਸੰਤ ਬਾਬਾ ਨਛੱਤਰ ਸਿੰਘ ਜੀ ਦੇ ਬ੍ਰਦਰ ਜਿੱਦਾਂ ਹੁਣੇ ਆਪਾਂ ਨੂੰ ਕੌਰ ਸਿੰਘ ਜੀ ਮਿਲੇ ਆ ਜਿਹੜੇ, ਉਹ ਵੀ ਇੱਥੇ ਸਪੈਸ਼ਲ ਰੂਪ 'ਚ ਬਾਬਾ ਜੀ ਵੱਲੋਂ ਭੇਜੇ ਗਏ ਸੀ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ। ਕੀ ਕਹਿਣਾ ਚਾਹੋ? ਇਹ ਗਊਸ਼ਾਲਾ ਇਹ ਇਲਾਕੇ ਦੀਆਂ ਸੰਗਤਾਂ ਵੱਲੋਂ ਅਤੇ ਸਾਰੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਜੀ। ਉਹਨਾਂ ਦਾ ਆਸ਼ੀਰਵਾਦ ਆ, ਗਊ ਮਾਤਾ ਦੀ ਕਿਰਪਾ ਨਾਲ ਸਾਰੇ ਵੀਰਾਂ ਦਾ ਸਹਿਯੋਗ ਹੈ, NRA ਵੀਰਾਂ ਦਾ, ਸਰਦਾਰ ਜਗਰੂਪ ਸਿੰਘ ਜੀ ਦਾ ਵਿਸ਼ੇਸ਼ ਸਹਿਯੋਗ ਹੈ ਜੀ। ਇੱਥੇ ਸਾਰਿਆਂ ਦੇ ਸਹਿਯੋਗ ਦੇ ਨਾਲ ਜੋ ਰੌਣਕਾਂ ਲੱਗੀਆਂ ਹੈ ਨਗਰ ਖੇੜੇ ਦੇ ਸਹਿਯੋਗ ਦੇ ਨਾਲ, ਹਰ ਸਾਲ ਅਸੀਂ ਬਰਸੀ ਦੂਸਰੀ ਬਰਸੀ ਮਨਾ ਰਹੇ ਹਾਂ ਜੀ। ਇੱਥੇ ਅਸੀਂ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਵੀ ਰੌਣਕਾਂ ਲੱਗੀਆਂ, ਜੰਗਲ ਦੇ ਵਿੱਚ ਮੰਗਲ ਲੱਗਿਆ ਵਾ, ਉਸ ਸਹਿਯੋਗ ਨਾਲ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਵੀਰਾਂ ਦੇ ਨਾਲ ਲੱਗੇ। ਵੀਰ ਜੀ ਜਿਸ ਦਿਨ ਦੀ ਇਹ ਗਊਸ਼ਾਲਾ ਆਬਾਦ ਹੋਈ ਆ ਦੁਆਰਾ ਤੋਂ, ਉਸ ਦਿਨ ਦਾ ਆਸ ਪਾਸ ਦੇ ਲੋਕ ਵੀ ਨਕਮਸਤਕ ਹੋ ਰਹੇ, ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਇਸ ਗਊਸ਼ਾਲਾ ਦੇ ਬਾਅਦ ਹੋਣ ਦੇ ਨਾਲ ਜ਼ਮੀਨਾਂ ਦੇ ਰੇਟ ਹੀ ਡਬਲ ਹੋ ਗਏ, ਆਸ ਪਾਸ ਦੇ ਲੋਕ ਖੁਸ਼ ਨੇ, ਔਰ ਉਹਦੇ ਨਾਲ ਨਾਲ ਉਹਨਾਂ ਦੇ ਖੇਤਾਂ ਦੀ ਜਿਹੜੀ ਜ਼ਿੰਮੇਦਾਰੀ ਸੀਗੀ ਵੀ ਗਊਆਂ ਨੂੰ ਰਾਤ ਨੂੰ ਕਿਸੇ ਇੱਕ ਬੰਦੇ ਦੀ ਡਿਊਟੀ ਲਾਉਣੀ ਪੈਂਦੀ ਸੀਗੀ ਵੀ ਗਊਆਂ ਕਿਤੇ ਖੇਤਾਂ 'ਚ ਨਾ ਆ ਜਾਣ, ਉਹ ਵੀ ਉਹਨਾਂ ਲਈ ਇੱਕ ਖੁਸ਼ੀ ਦਾ ਕੇਂਦਰ ਬਣ ਗਈ। ਹਾਂਜੀ, ਇੱਥੇ ਰੋਡ ਦੇ ਉੱਪਰ ਗਾਈਆਂ ਜਾਂਦੀਆਂ ਸੀ, ਸਾਰੀਆਂ ਗਊਸ਼ਾਲਾ ਦੇ ਵਿੱਚ ਗਊਆਂ ਆ ਗਈਆਂ ਜੀ, ਸੇਵਾਦਾਰਾਂ ਨੇ ਸਾਰੀਆਂ ਇੱਥੇ ਲੈ ਕੇ ਆਉਂਦੀਆਂ ਜੀ ਗਊਆਂ, ਇਹਨਾਂ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਹੀ ਸਾਰਾ ਇਹ ਚੱਲ ਰਿਹਾ ਜੀ ਸਾਰਾ। ਇੱਥੇ ਬਾਬਾ ਓਮ ਭਾਰਤੀ ਜੀ ਦੀ ਬਰਸੀ ਮਨਾ ਰਹੇ ਆ ਜੀ, ਸਵਾਮੀ ਰਾਮ ਤੀਰਥ ਜੀ ਮਹਾਰਾਜ ਜੀ ਕਥਾ ਕਰ ਰਹੇ ਆ, ਉਹ ਸੰਤ ਮਹਾਂਪੁਰਸ਼ ਆ ਰਹੇ ਇਲਾਕੇ ਦੇ ਆਏ ਆ ਜੀ, ਇੱਥੇ ਬਹੁਤ ਧੂਮਧਾਮ ਨਾਲ ਬਰਸੀ ਮਨਾ ਰਹੇ ਆ ਜੀ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਚੌਹਾਂ ਵਰਨ ਦਾ ਸਾਂਝਾ ਆਪਾਂ ਦੇਖ ਰਹੇ ਕਿ ਹਰੇਕ ਧਰਮ ਦਾ ਬੰਦਾ ਜਿਹੜਾ ਇੱਥੇ ਆ ਕੇ ਅੱਜ ਨਕਮਸਤਕ ਹੋ ਰਿਹਾ, ਔਰ ਸਾਰੇ ਇਕੱਠੇ ਬੈਠ ਕੇ ਲੰਗਰ ਛਕਣਗੇ, ਇਕੱਠੇ ਬੈਠ ਕੇ ਚਾਹ ਪਾਣੀ ਪੀ ਰਹੇ ਨੇ, ਇਕੱਠੇ ਬੈਠ ਕੇ ਗੁਰੂ ਦੇ ਜਿਹੜੇ ਬਚਨ ਆ ਉਹ ਸੁਣ ਰਹੇ। ਸਾਡੇ ਪਿੰਡ ਦੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਪਿਆਰ ਵੱਧ ਗਿਆ ਜੀ, ਇਸ ਕਰਕੇ ਸਾਰੇ ਇਕੱਠੇ ਹੀ ਹੈ ਜੀ, ਬਹੁਤ ਜ਼ਿਆਦਾ ਸੇਵਾ ਕਰਦੇ ਰਲ ਮਿਲ ਕੇ, ਬਹੁਤ ਵਧੀਆ ਪ੍ਰਬੰਧ ਕੀਤਾ ਜੀ ਕਮੇਟੀ ਵਾਲਿਆਂ ਨੇ ਪਿੰਡ ਵਾਲੇ ਦੇ,
ਅਸੀਂ ਸਾਰੇ NRI ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤਨ ਮਨ ਧਨ ਨਾਲ ਸੇਵਾਦਾਰਾਂ ਨੇ ਬਹੁਤ ਸੇਵਾ ਕੀਤੀ ਦਿਨ ਰਾਤ ਇੱਕ ਕਰਕੇ ਇੱਥੇ ਸਾਡੇ ਗਊਸ਼ਾਲਾ ਦੇ ਵਿੱਚ ਸਿੰਘਾਂਵਾਲਾ ਕਮੇਟੀ ਦੇ ਗਊਸ਼ਾਲਾ ਜਿਹੜੀ ਬਣੀ ਹੈ ਜੀ ਉਹਦੇ ਵਿੱਚ ਬਹੁਤ ਹੀ ਤਨ ਮਨ ਧਨ ਨਾਲ ਸੇਵਾ ਕਰ ਰਹੇ ਆ ਚਾਰ ਪੰਜ ਦਿਨ ਤੋਂ ਦਿਨ ਰਾਤ ਇੱਕ ਕੀਤੀ ਵੀ ਉਹਨਾਂ ਨੇ ਜੀ ਸਾਰੇ ਸਾਡੇ ਨਗਰ ਦਾ ਜੀ ਬਹੁਤ ਹੀ ਜ਼ਿਆਦਾ ਸਹਿਯੋਗ ਹੈ ਇਹਦੇ ਵਿੱਚ ਅਤੇ ਨਗਰ ਵਾਲੇ ਸਾਰੇ ਇੱਥੇ ਨਮਸਤਕ ਹੁੰਦੇ ਆ ਜੀ ਸੰਤਾਂ ਦੇ ਆਸ਼ੀਰਵਾਦ ਨਾਲ ਇੱਥੇ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਜ਼ਿਆਦਾ ਵਧੀਆ ਰਲ ਮਿਲ ਕੇ ਸੇਵਾ ਕੀਤੀ ਜੀ ਸਾਰਿਆਂ ਨੇ ਮੈਂ ਆਪਣੇ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਗੁਰੂ ਕਹਿੰਦੇ ਨੇ ਸਤਿਯੁਗ ਤੈ ਮਾਨੇ ਛੱਡਿਓ ਬਲ ਬਾਵਨ ਭਇਓ ਕਿਤੇ ਕੋਈ ਬਾਹਮਣ ਅਵਤਾਰ ਹੈ ਕਿਤੇ ਭਗਵਾਨ ਦਾ ਕੋਈ ਰਾਮ ਅਵਤਾਰ ਹੈ ਕਿਤੇ ਪਰਮਾਤਮਾ ਕ੍ਰਿਸ਼ਨ ਦੇ ਰੂਪ ਵਿੱਚ ਨੇ ਕਿਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰੂਪ ਵਿੱਚ ਨੇ ਕਿਤੇ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ 10 ਗੁਰੂ ਸਾਹਿਬਾਨਾਂ ਦੇ ਰੂਪ ਵਿੱਚ ਨੇ ਅਕਾਲ ਪੁਰਖ ਨੇ ਸਮੇਂ ਸਮੇਂ ਤੇ ਇਸ ਧਰਤੀ ਨੂੰ ਆ ਕੇ ਪਵਿੱਤਰ ਕੀਤਾ ਆਖੋ ਸਤਨਾਮ ਵਾਹਿਗੁਰੂ ਸਮੇਂ ਸਮੇਂ ਤੇ ਆ ਕੇ ਅਕਾਲ ਪੁਰਖ ਨੇ ਇਸ ਧਰਤੀ ਨੂੰ ਕਿਰਤਾਰਥ ਕੀਤਾ ਤੇ ਧਰਤੀ ਦੇ ਜੀਵਾਂ ਦਾ ਕਲਿਆਣ ਕਰਨ ਲਈ ਉਹਨਾਂ ਤੇ ਦਇਆ ਕਰਨ ਲਈ ਅਨੇਕਾਂ ਰੂਪ ਧਾਰੇ ਵੀ ਇਹ ਤਾਂ ਰੂਪ ਦਿਖਾਈ ਦਿੰਦੇ ਨੇ ਇੱਕ ਰੱਬ ਦਾ ਰੂਪ ਉਹ ਵੀ ਹੈ ਜੋ ਕਿਸੇ ਦੀ ਪਕੜ ਵਿੱਚ ਨਹੀਂ ਆਉਂਦਾ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਪਰ ਉਹ ਰੂਪ ਹੈ ਜੋ ਸਤਿਗੁਰ ਦੀ ਬਾਣੀ ਕਹਿੰਦੀ ਹੈ ਕਿ ਰੂਪ ਨਰੇਕ ਨਰੰਗ ਕਿਛ ਤ੍ਰੈ ਗੁਣ ਤੈ ਪ੍ਰਭ ਸਤਿਗੁਰ ਉਹ ਵੀ ਹੈ ਅਕਾਲ ਪੁਰਖ ਉਹ ਵੀ ਹੈ ਜਿਹੜਾ ਕਿਸੇ ਦੀ ਪਕੜ 'ਚ ਨਹੀਂ ਹੈ ਜੋ ਤ੍ਰਿਗੁਣਾ ਤੀਤ ਹੈ ਤਿੰਨਾਂ ਗੁਣਾਂ ਤੋਂ ਰਹਿਤ ਹੈ ਅਵਤਾਰ ਨ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਇਸ ਤਰ੍ਹਾਂ ਦੀਆਂ ਉਦਾਹਰਣਾਂ ਵੀ ਹਨ ਲੇਕਿਨ ਉਹ ਦੁਨੀਆਂ ਬਣਾਉਣ ਵਾਲਾ ਦਾਤਾ ਯੁੱਗਾਂ ਵਿੱਚ ਅਵਤਾਰ ਲੈਂਦੇ ਤੇ ਅਵਤਾਰ ਲੈ ਕੇ ਆਉਂਦੇ ਤੇ ਸਤਿਯੁਗ ਵਿੱਚ ਇੱਕ ਅਵਤਾਰ ਹੋਇਆ ਜੋ ਤ੍ਰੇਤਾ ਯੁੱਗ ਵਿੱਚ ਵੀ ਆ ਕੇ ਜਿਨ੍ਹਾਂ ਦੀ ਲੀਲਾ ਗਾਈ ਗਈ ਔਰ ਉਹਨਾਂ ਦਾ ਨਾਮ ਸੀ ਪਰਸ਼ੂਰਾਮ ਹੁਣ ਮੈਂ ਜ਼ਿਕਰ ਇਸ ਲਈ ਕਰਦੇ ਕਿ ਤੁਹਾਨੂੰ ਗਊ ਮਾਤਾ ਦੀ ਕੀਮਤ ਸਮਝ ਵਿੱਚ ਆਏਗੀ ਪਰ ਉਹ ਪਰਸ਼ੂਰਾਮ ਭਗਵਾਨ ਉਹਨਾਂ ਦੇ ਪਿਤਾ ਸੀ ਜਿਨ੍ਹਾਂ ਦਾ ਨਾਮ ਸੀ ਮਹਰਸ਼ੀ ਜਮਦਗਨੀ ਔਰ ਜਮਦਗਨੀ ਰਿਸ਼ੀ ਜਿਹੜੇ ਨੇ ਉਹ ਜੰਗਲ ਵਿੱਚ ਰਹਿੰਦੇ ਨੇ ਸਿਮਰਨ ਕਰਦੇ ਨੇ ਭਗਤੀ ਕਰਦੇ ਨੇ ਔਰ ਪਿਆਰੀ ਸੰਗਤ ਆਪਣੇ ਸਮਝ ਵਿੱਚ ਤਾਂ ਨਿੱਕੀ ਜਿਹੀ ਦੁਨੀਆਂ ਆਉਂਦੀ ਹੈ ਜਿਹੜੀ ਆਪਣੀ ਹੈ ਤੇ ਆਪਣੇ ਬਾਪੂ ਦੀ ਹੈ ਬਸ ਉਦੋਂ ਪਿਛੋਕੜ ਦੀ ਦੁਨੀਆਂ ਵੀ ਨਹੀਂ ਸਮਝ ਆਉਂਦੀ ਆਪਣੇ ਦਾਦਿਆਂ ਦੀ ਪੜਦਾਦਿਆਂ ਦੀ ਉਹ ਅਸੀਂ ਪਿਛਲੀਆਂ ਤਿੰਨ ਪੀੜ੍ਹੀਆਂ ਦੀ ਦੁਨੀਆਂ ਨੂੰ ਸਮਝ ਨਹੀਂ ਸਕਦੇ ਪਰ ਸੀ ਤਾਂ ਜਾਣ ਲਓ ਜੀ ਮੇਰੇ ਦਾਦੇ ਦਾ ਪੜਦਾਦੇ ਦਾ ਇਹ ਨਾਮ ਸੀ ਜੀ ਉਹਦੇ ਪਿਓ ਦਾ ਇਹ ਨਾਮ ਸੀ ਜੀ ਇੱਕ ਪੀੜ੍ਹੀ ਕਢਵਾ ਲਓ ਕੋਈ ਹਰਿਦੁਆਰ ਜਾ ਕੇ ਪੀੜ੍ਹੀ ਕਢਵਾ ਲੈਂਦਾ ਕੋਈ ਕਿੱਥੇ ਜਿੱਥੇ ਜਾ ਕੇ ਜਿੱਥੇ ਲਿਖੇ ਜਾਂਦੇ ਨੇ ਫਾਈਲਾਂ ਬਣਦੀਆਂ ਨੇ ਉੱਥੋਂ ਜਾ ਕੇ ਪੀੜ੍ਹੀਆਂ ਕਢਵਾ ਲੈਂਦਾ ਕਿ ਪਿਛਲੀਆਂ ਜੀ ਮੈਨੂੰ 20 ਪੀੜ੍ਹੀਆਂ ਦਾ ਪਤਾ ਹੈ 20 ਪੀੜ੍ਹੀਆਂ ਦੇ ਸਿਰਫ ਨਾਮ ਪਤਾ ਨੇ ਪਰ ਨਾਮ ਪਤਾ ਕੀਤੇ ਜਾ ਸਕਦੇ ਨੇ ਲੇਕਿਨ ਉਹਨਾਂ ਦੀ ਜੀਵਨ ਸ਼ੈਲੀ ਉਹਨਾਂ ਦਾ ਰਹਿਣਾ ਉਹਨਾਂ ਦਾ ਜਿਉਣਾ ਉਹਨਾਂ ਦਾ ਜੀਵਨ ਨੂੰ ਹੰਢਾਉਣਾ ਤੇ ਉਹਨਾਂ ਦੇ ਜ਼ਿੰਦਗੀ ਦੇ ਮਕਸਦ ਕਿਵੇਂ ਹੱਲ ਕੀਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਸਾਡੇ ਕੋਲ ਕੋਈ ਨਹੀਂ ਕਿ ਅਸੀਂ ਰੱਬ ਤੋਂ ਉਹ ਮੰਗੀਏ ਕਿ ਅਸੀਂ ਕਦੇ ਮਰੀਏ ਨਾ ਸਾਨੂੰ ਕੋਈ ਚਿੰਤਾ ਨਾ ਹੋਵੇ ਸਾਡੇ ਰਾਜ ਵਿੱਚ ਸਦਾ ਸੁੱਖ ਵਰਤਦੇ ਰਹਿਣ ਉਸ ਸੰਸਰ ਬਾਬੂ ਅਰਜੁਨ ਨੇ ਵੀ ਤਪ ਕੀਤਾ ਸੀ ਤੇ ਉਹਨੇ ਆਪ ਪਰਮਾਤਮਾ ਤੋਂ ਮੰਗਿਆ ਸੀ ਕਿ ਮੇਰੇ ਕੋਲ ਹਜ਼ਾਰਾਂ ਬਾਹਾਂ ਹੋਣ ਤੇ ਐਸੀਆਂ ਬਾਹਾਂ ਹੋਣ ਜਿਨ੍ਹਾਂ ਦੇ ਸਾਹਮਣੇ ਕਿਸੇ ਦਾ ਬਲ ਰੁਕੇ ਨਾ ਕਿਸੇ ਦਾ ਬਲ ਟਿਕੇ ਨਾ ਪਿਆਰੀ ਸੰਗਤ ਉਹ ਇਕੱਲਾ ਹੀ ਜਦੋਂ ਕਿਸੇ ਸੈਨਾ ਨਾਲ ਲੜਦਾ ਸੀ ਤੇ ਇਕੱਲਾ ਹੀ ਲੱਖਾਂ ਵਰਗਾ ਹੁੰਦਾ ਸੀ ਤੇ ਹਜ਼ਾਰਾਂ ਬਾਹਾਂ ਨਾਲ ਲੜਦਾ ਸੀ ਉਹ ਸਰਸਰ ਬਾਬੂ ਅਰਜੁਨ ਇੱਕ ਦਿਨ ਸਾਧੂ ਦੀ ਕੁਟੀਆ ਵਿੱਚ ਆ ਗਿਆ ਮਾਤਾ ਕਾਮ ਧੇਨੂ ਗਊ ਮਾਤਾ ਦੀ ਮਹਿਮਾ ਦੀ ਛੋਟੀ ਜਿਹੀ ਗੱਲ ਦੱਸਣ ਲੱਗਿਆ ਜਦੋਂ ਉਸਦੇ ਆਸ਼ਰਮ ਵਿੱਚ ਆਇਆ ਉਹ ਰਾਜਾ ਤੇ ਰਾਜੇ ਦੇ ਨਾਲ ਸੈਨਿਕ ਵੀ ਸਨ ਹਜ਼ਾਰ ਸਾਧੂ ਨੇ ਪੁੱਛ ਲਿਆ ਮਹਾਰਸ਼ੀ ਜਮਦਗਨੀ ਨੇ ਮਹਾਰਾਜ ਕਿਵੇਂ ਆਏ ਹੋ ਤੇ ਰਾਜਾ ਕਹਿਣ ਲੱਗਾ ਸੱਤ ਜੀ ਅਸੀਂ ਜੰਗਲ ਵਿੱਚ ਆ ਰਹੇ ਸੀ ਤਾਂ ਸਾਨੂੰ ਭੁੱਖ ਲੱਗਿਆ ਤੇ ਸੋਚਿਆ ਤੇਰੇ ਆਸ਼ਰਮ 'ਚ ਆ ਜਾਈਏ ਤੇਰੇ ਤੋਂ ਰੋਟੀ ਖਾ ਲਈ ਸਾਨੂੰ ਭੋਜਨ ਹੀ ਕਰਵਾ ਦੇ ਮਹਾਰਸ਼ੀ ਜਮਦਗਨੀ ਨੇ ਵੇਖਿਆ ਉਹਨਾਂ ਨੂੰ ਉਸ ਰਾਜੇ ਨੂੰ ਤੇ ਕਹਿਣ ਲੱਗੇ ਮਹਾਰਾਜ ਬਸ 5 ਮਿੰਟ ਤੁਸੀਂ ਇੰਤਜ਼ਾਰ ਕਰ ਲਓ ਠੀਕ ਹੈ ਬੈਠੀਏ ਕਿੱਥੇ ਕਹਿੰਦੇ ਜੀ ਬੈਠਣ ਲਈ 2 ਮਿੰਟ ਰੁਕੋ ਮੈਂ ਵਿਵਸਥਾ ਕਰਦਾ ਉਸ ਸਾਧੂ ਨੇ ਗਊ ਮਾਤਾ ਨੂੰ ਕਿਹਾ ਪਰ ਗਊ ਮਾਤਾ ਨੂੰ ਕਹਿਣ ਲੱਗੇ ਮਾਂ
ਸਾਡੇ ਆਸ਼ਰਮ ਵਿੱਚ ਇੱਕ ਰਾਜਾ ਆਇਆ, ਨਾਲ ਉਹਦੇ ਬੜੀ ਸੈਨਾ ਹੈ, ਤੇ ਕਿਰਪਾ ਕਰਦੇ ਹੋ ਕਿ ਉਹਦੇ ਲਈ ਕੋਈ ਸਥਾਨ ਦੇ ਦਿਓ। ਜਿਵੇਂ ਹੀ ਬੇਨਤੀ ਕਰਦਾ, ਸਤਯੁਗ ਦੀ ਇਹ ਘਟਨਾ ਹੈ, ਤੇ ਬੇਨਤੀ ਕਰਦਾ ਤੇ ਗਊ ਮਾਤਾ ਸੋਨੇ ਦੇ ਸਿੰਘਾਸਨ ਪ੍ਰਗਟ ਕਰ ਦਿੰਦੀ ਹੈ, ਚਾਂਦੀ ਦੇ ਸਿੰਘਾਸਨ ਪ੍ਰਗਟ ਕਰ ਦਿੰਦੀ ਹੈ, ਵਧੀਆ ਆਲੀਸ਼ਾਨ ਸਥਾਨ ਬਣਾ ਦਿੰਦੀ ਹੈ। ਦੋ ਮਿੰਟਾਂ ਦੇ ਸਭ ਕੁਛ ਜਦੋਂ ਬਣ ਗਿਆ, ਰਾਜੇ ਨੂੰ ਸਾਧੂਆਂ ਨੇ ਬੇਨਤੀ ਕੀਤੀ, ਆਓ ਮਹਾਰਾਜ। ਰਾਜੇ ਨੂੰ ਲੈ ਕੇ ਗਏ ਤੇ ਰਾਜੇ ਨੂੰ ਜਾ ਕੇ ਬਿਠਾਇਆ। ਜਦੋਂ ਰਾਜਾ ਉੱਥੇ ਬੈਠਿਆ ਨਾ, ਸੋਨੇ ਦੇ ਸਿੰਘਾਸਨਾਂ ਤੇ, ਚਾਂਦੀ ਦੇ ਆਸਨਾਂ ਤੇ, ਉਹਨੇ ਚਾਰੇ ਪਾਸੇ ਵੇਖੇ, ਸੋਹਣੀਆਂ ਵਿਛਾਈਆਂ ਵਿਛੀਆਂ ਹੋਈਆਂ ਨੇ, ਸੋਹਣੇ ਅਦਭੁਤ ਗਲੀਚੇ ਵਿਛੇ ਹੋਏ ਨੇ। ਤੇ ਜਦੋਂ ਭੋਜਨ ਆਇਆ ਤੇ ਸੋਨੇ ਚਾਂਦੀ ਦੀਆਂ ਥਾਲੀਆਂ ਵਿੱਚ ਆਇਆ। ਸੋਨੇ ਚਾਂਦੀ ਦੀਆਂ ਅੱਜ ਕੱਲ੍ਹ ਦਾ ਭੋਜਨ ਕਰਦੇ ਹਾਂ, ਅੱਜ ਕੱਲ੍ਹ ਤਾਂ ਅਸੀਂ ਜਿਹਦੇ ਜਾਂਦੇ ਭੋਜਨ ਸਾਨੂੰ ਕਾਹਦੇ 'ਚ ਖਵਾਉਂਦਾ, ਜੇ ਕੋਈ ਮੇਲਾ ਲੱਗਿਆ ਹੋਵੇ, ਪਲਾਸਟਿਕ ਦੀਆਂ ਥਾਲੀਆਂ, ਜਿਹਦਾ ਕੋਈ ਮੁੱਲ ਨਹੀਂ ਹੈ, ਜਿਹਦੇ 'ਚ ਕੁਛ ਨਹੀਂ ਮਿਲਦਾ। ਬਿਮਾਰੀ ਜ਼ਰੂਰ ਮਿਲ ਸਕਦੀ ਹੈ, ਲੇਕਿਨ ਜਿਹਦੇ ਵਿੱਚ ਤੰਦਰੁਸਤੀ ਦਾ ਕੋਈ ਵੀ ਸੋਮਾ ਨਹੀਂ ਹੈ, ਇੱਕ ਬੂੰਗ ਨਹੀਂ ਹੈ ਤੰਦਰੁਸਤੀ, ਕਿਉਂਕਿ ਹੁਣ ਦੁਨੀਆ ਹੀ ਐਸੀ ਹੁੰਦੀ ਜਾ ਰਹੀ, ਸੰਸਾਰ ਹੀ ਐਸਾ ਹੁੰਦਾ ਜਾ ਰਿਹਾ। ਹੁਣ ਤੁਸੀਂ ਨਿੱਕੀ ਜਿਹੀ ਗੱਲ ਸੋਚ ਲਓ, ਵੀ ਤੁਹਾਡੇ ਤੋਂ 40 ਸਾਲ ਪਹਿਲਾਂ ਚਲੇ ਜਾਓ ਤੇ ਘਰਾਂ 'ਚ ਪਿੱਤਲ ਦੇ ਭਾਂਡਿਆਂ ਨਾਲ ਵੀ ਮਿਲ ਜਾਂਦੇ, ਘਰਾਂ ਦੇ ਵਿੱਚ ਤਾਂਬੇ ਦੇ ਭਾਂਡੇ, ਤਾਂਬੇ ਦੇ ਜੱਗ, ਗਲਾਸ। ਬਾਪੂ ਕੀ ਕਰਦਾ ਜੀ, ਬਾਪੂ ਰਾਤ ਨੂੰ ਤਾਂਬੇ ਦੇ ਜੱਗ ਵਿੱਚ ਪਾਣੀ ਰੱਖ ਕੇ ਪੀਂਦਾ ਸਵੇਰੇ, ਤੇ ਭੋਜਨ ਕਾਹਦੇ 'ਚ ਕਰਦਾ ਜੀ, ਪਿੱਤਲ ਦੇ ਭਾਂਡਿਆਂ 'ਚ, ਪੱਕਦਾ ਕਾਹਦੇ 'ਚ ਜੀ, ਮਿੱਟੀ ਦੇ ਭਾਂਡਿਆਂ 'ਚ। ਹੁਣ ਤੁਸੀਂ ਸੋਚੋ, ਜੇ ਅੱਜ ਤੋਂ 40 ਸਾਲ ਪਹਿਲਾਂ ਪਿੱਤਲ ਦੇ ਸਨ, ਤੇ ਉਦੋਂ ਪਿੱਛੇ ਚਲੇ ਜਾਓ 100 ਸਾਲ ਪਿੱਛੇ, ਤੇ ਸੁਭਾਵਿਕ ਹੈ ਪਿੱਤਲ ਵਾਲੇ ਸੋਨੇ ਦੇ ਹੋਣ। ਪਿਆਰੀ ਸੰਗਤ, ਜ਼ਿੰਦਗੀਆਂ ਨੂੰ ਵਿਚਾਰੋਗੇ ਤਾਂ ਸਭ ਕੁਝ ਨਿਕਲ ਆਏਗਾ, ਜੇ ਕੱਲੀ ਤਰਕ ਕਰੋਗੇ ਤਾਂ ਕੱਖ ਨਹੀਂ ਨਿਕਲਣਾ। ਜੇ ਗਿਆਨ ਦੇ ਉੱਤੇ ਕਾਟਾ ਮਾਰ ਦਈਏ ਕਿ ਇਹ ਤਾਂ ਕੁਝ ਹੋਇਆ ਹੀ ਨਹੀਂ ਜੀ, ਫਿਰ ਕੁਛ ਵੀ ਨਹੀਂ। ਜੇ ਗਿਆਨ ਨੂੰ ਵਿਚਾਰਨ ਬੈਠ ਜਾਓਗੇ ਤਾਂ ਉਹ ਗਿਆਨ ਦੀ ਗੂੜਤਾ, ਉਸ ਗਿਆਨ ਦੀ ਸੱਚਾਈ, ਉਸ ਗਿਆਨ ਦੇ ਵਿੱਚੋਂ ਸਭ ਕੁਝ ਲੱਭ ਜਾਏਗਾ ਜਿਹੜਾ ਲਿਖਿਆ ਹੋਇਆ, ਜਿਹੜਾ ਪੁਰਾਣਾਂ 'ਚ ਵਰਣਿਤ ਹੈ, ਜਿਹੜਾ ਉਪਨਿਸ਼ਦਾਂ 'ਚ ਵਰਣਿਤ ਹੈ, ਜਿਹੜਾ 4 ਵੇਦਾਂ 'ਚ ਵਰਣਿਤ ਹੈ, ਉਹ ਸਭ ਕੁਝ ਪ੍ਰਗਟ ਹੋ ਜਾਏਗਾ। ਇਹ ਲੇਕਿਨ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਵਿਚਾਰ ਦੇਖੋ। ਸਤਿਗੁਰੂ ਕਹਿੰਦੇ ਨਾ, ਆਪ ਆਪਣੀ ਬੁੱਧ ਹੈ ਜੀਤੀ ਵਰਣਿਤ ਭਿੰਨ ਭਿੰਨ ਤੋਏ, ਤੇ ਜਿਵੇਂ ਜਿਵੇਂ ਬੁੱਧ ਦਾ ਵਿਕਾਸ ਹੁੰਦਾ, ਮਤ ਦਾ ਵਿਕਾਸ ਹੁੰਦਾ, ਉਵੇਂ ਉਵੇਂ ਸਹੀ ਵਰਣਨ ਕੀਤਾ ਜਾਂਦਾ। ਉਹ ਰਾਜੇ ਨੂੰ ਸੋਨੇ ਚਾਂਦੀ ਦੇ ਭਾਂਡਿਆਂ ਦੇ ਵਿੱਚ ਭੋਜਨ ਮਿਲ ਗਿਆ, ਤੇ ਪਿਆਰੀ ਸੰਗਤ ਭੋਜਨ ਵੀ ਐਸਾ ਮਿਲਿਆ ਕਿ ਉਸ ਰਾਜੇ ਨੂੰ ਅੱਜ ਤੱਕ ਐਸਾ ਭੋਜਨ ਖਾਣ ਨੂੰ ਨਹੀਂ ਸੀ ਮਿਲਿਆ। ਭੋਜਨ ਛਕਿਆ ਤੇ ਸਾਧੂ ਨੇ ਬੇਨਤੀ ਕੀਤੀ, ਮਹਾਰਾਜ ਜਿੰਨੇ ਸੋਨੇ ਚਾਂਦੀ ਦੇ ਭਾਂਡੇ ਨੇ, ਜਿੰਨੇ ਸੈਨਿਕਾਂ ਨੇ ਖਾਧੇ ਨੇ, ਭੋਜਨ ਖਾਧਾ ਹੈ, ਇਹ ਸਾਰੇ ਸੋਨੇ ਚਾਂਦੀ ਦੇ ਭਾਂਡੇ, ਸਾਡੀ ਬੇਨਤੀ ਹੈ ਕਿ ਨਾਲ ਹੀ ਲੈ ਜਾ। ਜਦੋਂ ਇਹ ਗੱਲ ਹੋਈ ਤੇ ਉਹ ਰਾਜਾ ਕਹਿਣ ਲੱਗਾ, ਕਹਿੰਦਾ ਸੰਤ ਜੀ, ਜਿਹੜੀ ਦਾਵਤ ਤੂੰ ਦਿੱਤੀ ਹੈ, ਜਿਵੇਂ ਤੂੰ ਲੰਗਰ ਛਕਾਇਆ, ਜਿਵੇਂ ਤੂੰ ਭੰਡਾਰਾ ਕੀਤਾ, ਇਹੋ ਜਿਹਾ ਭੰਡਾਰਾ ਤਾਂ ਅਸੀਂ ਨਹੀਂ ਕਰ ਸਕਦੇ। ਅਸੀਂ ਰਾਜੇ, ਮੈਂ ਵੀ ਬੜੀ ਵਾਰ ਲੰਗਰ ਛਕਾਉਣਾ, ਲੇਕਿਨ ਮੈਂ ਅੱਜ ਤੱਕ ਕਦੇ ਸੋਨੇ ਦੇ ਭਾਂਡਿਆਂ 'ਚ ਨਹੀਂ ਖਵਾਇਆ, ਤੇ ਸੋਨੇ ਦੇ ਭਾਂਡੇ ਵੰਡਣਾ ਤਾਂ ਬੜੀ ਦੂਰ ਦੀ ਗੱਲ ਹੈ। ਰਾਜਾ ਕਹਿੰਦਾ, ਸੰਤ ਜੀ, ਐਸੀ ਕਿਹੜੀ ਤੁਹਾਡੇ ਕੋਲੇ ਸੰਪਤੀ ਹੈ, ਕਿਹੜਾ ਖਜ਼ਾਨਾ ਹੈ, ਤੇ ਕਿਹੜੀ ਪਾਤਸ਼ਾਹੀ ਵੱਡੀ ਹੈ ਕਿ ਜਿਹਦੇ ਨਾਲ ਤੇਰੇ ਚਾਰੇ ਪਾਸੇ ਸੋਨਾ ਹੀ ਸੋਨਾ ਪਿਆ ਤੇਰੇ ਕੋਲ, ਤੇ ਸੋਨਾ ਹੀ ਵੱਡੀ ਜਾਣਾ। ਸਾਧੂ ਕਹਿਣ ਲੱਗੇ, ਕਹਿੰਦੇ ਸੰਤ, ਕਹਿੰਦੇ ਰਾਜਨ, ਨਾ ਸਾਡੇ ਕੋਲੇ ਕੋਈ ਸੰਪਤੀ, ਨਾ ਸਾਡੇ ਕੋਲੇ ਕੋਈ ਪਾਤਸ਼ਾਹੀ ਦੀ ਵੱਡੀ ਹੈ, ਸਾਡੇ ਕੋਲ ਤਾਂ ਇਹੋ ਹੀ ਗਊ ਮਾਤਾ ਹੈ। Thank you.
ਸਿੰਘਾਂ ਵਾਲੇ ਦੀ ਗੁਰੂ ਦੀ ਸੰਗਤ ਪ੍ਰਗਟ ਹੋਈ ਹੈ
ਕਿਉਂਕਿ ਸਤਿਗੁਰਾਂ ਦੀ ਪੁੱਤਰ ਮਹਾਨ ਦੀ ਪ੍ਰਵਾਨ ਹੈ ਜਿਸ ਸਰਵਸਨ ਸਾਧ ਜਨ ਸੁਰਧਾਮ ਸੁਰਮਨ ਦਾ ਉਹ ਜਗ੍ਹਾ ਜਿੱਥੇ ਮਹਾਂਪੁਰਸ਼ ਸਤਾਪ ਕਰਦੇ ਹੈ ਕਿ ਮਸੀਹਾਂ ਵਾਲੇ ਰਵੀਰ ਮੁਹਤਾਜ ਨਹੀਂ ਹੈ। ਸਰਦਾਰ ਜਗਰੂਪ ਸਿੰਘ ਧਾਲੀਵਾਲ ਬਾਬੂ ਜੀ ਬਾਬੇ ਪ੍ਰਾਂਤ ਤੋਂ ਬੈਠੇ ਹੈ, ਹੋਰ ਗੁਰੂ ਕੇ ਪਿਆਰੇ ਬੈਠੇ ਹੈ ਜਿਨ੍ਹਾਂ ਦਾ ਨਾਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਜਾਣਦੇ ਹੈ। ਤਾਂ ਵਿਸ਼ੇਸ਼ ਤੌਰ 'ਤੇ ਪਿਛਲੇ ਸਾਲ ਜਦੋਂ ਅਕਾਲ ਕਾਲ ਜਿਸ ਦਿਨ ਆਰੰਭ ਹੋਇਆ ਤਾਂ ਜਗਰੂਪ ਸਿੰਘ ਸਿੱਧੇ ਗਊਸ਼ਾਲਾ ਵਿੱਚ ਆਏ ਸੀ ਅਤੇ ਹੁਣ ਵੀ ਪੰਜ ਸੱਤ ਦਸ ਦਿਨ ਹੋ ਗਏ ਆਏ ਹਾਂ, ਕਹਿੰਦੇ ਇੱਕ ਮਹੀਨਾ ਲੈ ਕੇ ਆਏ ਹੈ ਸਿਰਫ ਇਹ ਅਖੰਡ ਪਾਠ ਵਾਸਤੇ, ਗੁਰੂ ਘਰ ਦੀ ਸੇਵਾ ਵਾਸਤੇ, ਗੁਰੂਆਂ ਦੀ ਸੇਵਾ ਵਾਸਤੇ। ਗੁਰੂ ਨਾਨਕ ਦਾ ਸਿਧਾਂਤ ਹੈ ਗਊ ਗਰੀਬ ਦੀ ਰੱਖਿਆ ਕਰਨੀ, ਗਊਆਂ ਦਾ ਪਾਲਣਾ ਬੜਾ ਵੱਡੀ ਸੇਵਾ ਹੈ। ਪਰ ਜਦੋਂ ਕਿਤੇ ਸ਼ਹਿਰ ਦੇ ਵਿੱਚ ਜਾਈਦਾ ਗਊਆਂ ਲਿਫਾਫੇ ਖਾਂਦੀਆਂ, ਗਊਆਂ ਗੰਦਗੀ ਦੇ ਮੂੰਹ ਮਾਰਦੀਆਂ, ਅਤੇ ਸਾਡਾ ਸਾਰਿਆਂ ਦਾ ਦਰਦ ਬਣਦਾ ਹੈ ਕਿ ਇਹਨਾਂ ਦੀ ਸੇਵਾ ਕਰ ਉੱਤਮ ਕਰਨਾ ਹੈ। ਸਮੇਂ ਵਿੱਚੋਂ ਸਮਾਂ ਕੱਢ ਕੇ ਭਾਰਤੀ ਮਹਾਂਪੁਰਸ਼ਾਂ ਦੇ ਤਪ ਸਥਾਨ 'ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੁਰੂ ਅੰਦਰ ਤਿੰਨ ਦਿਨ ਤੋਂ ਅਥਾਹ ਸੇਵਾ ਦਾ ਨੌਜਵਾਨ ਬੱਚਿਆਂ ਨੂੰ ਸਾਰੇ ਨਗਰ ਦੀ ਸੰਗਤ ਨੇ, ਇਲਾਕੇ ਦੀਆਂ ਸੰਗਤਾਂ ਨੇ, ਚੰਦ ਭਰਾਵਾਂ ਨਾਲ ਛੋਟੇ ਲੁਕਣ ਵਾਲਾ ਬਹੁਤ ਸਾਰੀਆਂ ਗੁਰੂ ਦੀਆਂ ਸੰਗਤਾਂ ਨੇ ਮਾਇਆ ਕਰਕੇ ਰਸਤਾਂ ਰਸਤਾਂ ਕਰਕੇ ਇੱਥੇ ਆ ਕੇ ਸੇਵਾ ਕੀਤੀ ਹੈ। ਸਾਰੀਆਂ ਗੁਰੂ ਦੀਆਂ ਸੰਗਤਾਂ ਦਾ ਸਾਰੇ ਸੇਵਾਦਾਰ ਜੋ ਗੋਸ਼ਾਲਾ ਦੇ ਪ੍ਰਬੰਧਕ ਹੈ, ਨਗਰ ਦੇ ਜੋ ਪਤਵੰਤੇ ਸੱਜਣ ਹੈ, ਗ੍ਰਾਮ ਪੰਚਾਇਤ ਹੈ, ਸਾਰੀਆਂ ਗੁਰੂ ਦੀਆਂ ਸੰਗਤਾਂ ਵੱਲੋਂ ਇਹਨਾਂ ਸਾਰੀਆਂ ਗੁਰੂ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਦੋ ਚਾਰ ਮਿੰਟ ਮਹਾਂਪੁਰਸ਼ਾਂ ਨੇ ਆਪ ਜੀ ਨਾਲ ਵਿਚਾਰ ਸਾਂਝੀਆਂ ਕਰਨੀਆਂ, ਬਾਅਦ ਚਾਰ ਪ੍ਰਤਾਪ ਪ੍ਰਸ਼ਾਦ ਦੀ ਦੇਖ ਵਟਾਵਾਂਗੇ, ਪ੍ਰਤਾਪ ਪ੍ਰਸ਼ਾਦ ਦੀ ਦੇਖ ਸਾਰਿਆਂ ਨੇ ਲੈ ਕੇ ਜਾਣੀ ਹੈ, ਲੰਗਰ ਪ੍ਰਾਣ ਛੱਕ ਕੇ ਜਾਣਾ। ਬੜਾ ਸੋਹਣਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ, ਜਿਹੜਾ ਜ਼ਿੰਦਗੀ ਦੇ ਦਿਨ ਹੈ ਨਾ, ਦਿਨ ਅਤੇ ਰਾਤ ਕਿਤੇ ਲੰਘਦੇ ਜਾਂਦੇ ਆ, ਜੋ ਦਿਨ ਆਵੇ ਸੋ ਦਿਨ ਜਾਈ, ਕਰਨਾ ਪੂਛ ਰਹਿਣ ਚੱਲਿਆ, ਜਿਹੜਾ ਦਿਨ ਆ ਗਿਆ ਉਹ ਚਲੇ ਜਾਣ, ਸਾਰਿਆਂ ਨੇ ਇੱਥੋਂ ਸੰਸਾਰ ਤੋਂ ਚਲੇ ਜਾਣ। ਪਰ ਯਾਦਾਂ ਕਿਹੜੀਆਂ ਰਹਿੰਦੀਆਂ ਜਿਹੜੇ ਮਹਾਂਪੁਰਸ਼ ਪ੍ਰਾਪਤ ਕਰਕੇ ਜਾਂਦੇ ਆ, ਆਪੋ ਸਤਨਾਮ ਸ੍ਰੀ ਵਾਹਿਗੁਰੂ ਆਓ, ਮਹਾਂਪੁਰਸ਼ਾਂ ਦੇ ਵਿਚਾਰ ਸੁਣੀਏ, ਅੰਮ੍ਰਿਤ ਵੇਲੇ ਤੋਂ ਇਹ ਇਤਿਹਾਸ ਵੀ ਪਾ ਰਹੇ ਆ ਆਪਣੇ ਨਗਰ ਦੇ ਵੀਰ ਗੁਰਵੰਤ ਸਿੰਘ ਦੀ ਗਿਣਤੀ, ਉਹਨਾਂ ਨਾਲ ਹੀ ਮਹਾਂਪੁਰਸ਼ ਕਾਲੇ ਤੋਂ ਆਏ ਬੜੇ ਪਿਆਰ ਵਾਲੇ ਆ, ਸਤਿਗੁਰਾਂ ਦੀ ਅਲਾਰੀ ਬਣ ਗਏ, ਅੰਮ੍ਰਿਤ ਵੇਲੇ ਦੀ ਰੋਕਣਾ ਦੀ ਇਹਨਾਂ ਨੇ ਸੋਚ ਰੱਖਦਾ ਹਮਰੀ ਗਣਤਨ ਗਣੀਆਂ ਕਾਰੀ, ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੀ, ਸਦਾ ਸਦਾ ਰਗਮਾਨ ਸਾਚਾ ਸਾਹਿਬ ਸਤ ਵੇਰਵਾਨ, ਬੰਦ ਪਾਇਆ ਮੇਰੇ ਸਤਿਗੁਰ ਭੂਗੈ ਕੋਈ ਸਰਬ ਕਰਿਆ, ਜੀਉ ਪਾਏ ਪਿੰਡ ਜੈਨ ਸਾਜਿਆ, ਦਿੱਤਾ ਪੈਨ ਖਾਨ ਆਪਣੇ ਦਾਸ ਕੀ ਆਪ ਪੈ ਜਰਾਖੀ, ਨਾਨਕ ਸਾਧੁ ਕੁਰਬਾਨ। ਸਤਿਗੁਰਾਂ ਦੇ ਪਵਿੱਤਰ ਮੁੱਖ ਵਾਪਸੀ ਭਾਵਨਾ ਪੁਰਸ਼ਾਂ ਤੋਂ ਵਚਨ ਸੁਣੀਏ, ਤਾਜ਼ੀਆ ਪ੍ਰਤਾਪ ਪ੍ਰਸ਼ਾਦ ਜੀ ਦੇ ਵਰਤਾਵਾਂ ਨੂੰ ਸਾਰੀਆਂ ਸੰਗਤਾਂ ਨੂੰ ਜੀਓ ਆਏ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਕੋਟਾਂ ਕੋਟ ਧੰਨਵਾਦ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਿੱਤੇ ਸਾਰੇ ਪ੍ਰਬੰਧਕਾਂ ਦੀ ਵੱਡੀ ਜ਼ਿੰਮੇਵਾਰੀ ਹੈ, ਉੱਥੇ ਦਾਸ ਹੋਈ ਇਹ ਹਰ ਸਾਲ ਸਮਾਂ ਜੇ ਅੱਗੇ ਦੇ ਵਿੱਚ ਕੰਡ ਕਰੋਗੇ ਤਾਂ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਤੁਸੀਂ ਨੇੜੇ ਹੈ, ਮੈਂ ਤੁਹਾਡਾ ਕੋਈ ਫਰਕ ਨਹੀਂ ਹੈ ਆਪਣੇ ਵਿੱਚ, ਜਿੱਥੇ ਸੇਵਾ ਲਾਉਣੀ ਹੈ ਸਤਿਗੁਰੂ ਮਿਹਨਤ ਕਰਦੇ ਹੈ, ਸਾਰੇ ਭਾਈ ਰੇਸ਼ਮ ਸਿੰਘ ਵਰਗੇ ਸਾਰੇ ਗੁਰੂ ਕੇ ਪਿਆਰੇ ਪਿਆਰ ਵਾਲੇ ਸਮਾਨ ਕਰਦੇ ਹੈ, ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅਸੀਂ ਆਪਦੀ ਅਵਸਥਾ ਬਦਲ ਸਕਦੇ ਹਾਂ, ਜੇ ਸਾਡੀ ਅਵਸਥਾ ਬਦਲ ਗਈ ਤਾਂ ਸਮਝ ਲਓ ਇੱਥੇ ਸਾਡਾ ਮਨੁੱਖਾ ਚੋਲਾ ਸਫਲ ਹੋ ਜਾਊਗਾ। ਅਵਸਥਾ ਕੋਈ ਗੱਲ ਆ ਸਾਰੀ, ਜਦੋਂ ਅਵਸਥਾ ਬਦਲ ਗਈ ਉਦੋਂ ਮਨੁੱਖਾ ਤੇ ਹੀ ਸਫਲ ਹੋ ਜਾਵੇਗੀ। ਸੋ ਸਭ ਤੋਂ ਪਹਿਲਾਂ ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕਿ ਜਿਨ੍ਹਾਂ ਦੀ ਕਿਰਪਾ ਰਹਿਮਤਾਂ ਦਾ ਸਦਕਾ ਇਹ ਸਾਰਾ ਸਮਾਗਮ ਰਚਿਆ ਗਿਆ, ਮਹਾਂਪੁਰਖਾਂ ਦੀ ਵਾਸੀ ਸਮਾਗਮ ਮਨਾਈ ਗਈ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ। ਜਿੰਨੀਆਂ ਵੀ ਇੱਥੋਂ ਦੀਆਂ ਸਮੁੱਚੀਆਂ ਸੰਗਤਾਂ ਸਮੁੱਚੀ ਕਮੇਟੀ ਹੈ, ਸੋ ਸਾਰਿਆਂ ਦਾ ਧੰਨਵਾਦ, ਕਿਉਂਕਿ ਵਿਸ਼ੇਸ਼ ਤੌਰ 'ਤੇ ਕਿਸੇ ਨੇ ਵੀ ਕਿਹਾ ਕਿ ਸਾਡਾ ਨਾਮ ਨਹੀਂ ਲੈਣਾ, ਸਾਰੀਆਂ ਸੰਗਤਾਂ ਦਾ ਹੀ ਇੱਥੇ ਸਿਰਾ ਬਣਦਾ ਵਾ, ਕਿਉਂਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ, ਇਲਾਕੇ ਦੇ ਸਹਿਯੋਗ ਦੇ ਨਾਲ, ਦੇਸ਼ ਵਿਦੇਸ਼ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਰੱਖੇ ਗਏ ਆ।
ਸੋ ਸਮੁੱਚੀਆਂ ਸੰਗਤਾਂ ਦਾ ਹੀ ਧੰਨਵਾਦ। ਮਹਾਂਪੁਰਖ ਪਹੁੰਚੇ ਆ ਇਸ ਪਾਵਨ ਸਥਾਨ ਤੇ, ਸੰਤ ਬਾਬਾ ਸੁੰਦਰ ਦਾਸ ਜੀ ਪੰਜ ਗ੍ਰਾਈ ਖੁਰਦ ਗਊਸ਼ਾਲਾ ਵਾਲੇ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਇਹ ਸਮਾਗਮ ਹੋਇਆ। ਮਹਾਂਪੁਰਖਾਂ ਦਾ ਧੰਨਵਾਦ ਜੀ ਆਇਆਂ ਨੂੰ। ਸੰਤ ਬਾਬਾ ਗੁਰਬੰਤ ਦਾਸ ਜੀ ਰੌਂਦਾ ਜੋ ਕਿ ਤੁਹਾਡੇ ਨਗਰ ਦੇ ਨੌਜਵਾਨ ਸੰਤ ਰੂਪ ਦੇ ਵਿੱਚ ਹੋ ਕੇ ਵਿਚਰਦੇ ਆ, ਸਾਧੂ ਮੰਡਲੀ ਦੇ ਵਿੱਚ, ਸਮੁੱਚੀਆਂ ਸੰਪਰਦਾਵਾਂ ਦੇ ਵਿੱਚ, ਖੜ ਦਰਸ਼ਨ ਸਾਧੂ ਸਮਾਜ ਦੇ ਵਿੱਚ, ਮਹਾਂਪੁਰਖਾਂ ਦਾ ਧੰਨਵਾਦ। ਉਪਰੰਤ ਸੰਤ ਬਾਬਾ ਹੰਸਮਣੀ ਜੀ ਗੱਜਣ ਵਾਲੇ ਤੋਂ ਪਹੁੰਚੇ ਆ, ਧੰਨਵਾਦ ਮਹਾਂਪੁਰਖਾਂ ਦਾ। ਸੰਤ ਬਾਬਾ ਸੁਖਦੇਵ ਮੁਨੀ ਜੀ ਗੱਜਣ ਵਾਲੇ ਤੋਂ ਪਹੁੰਚੇ ਆ, ਧੰਨਵਾਦ ਮਹਾਂਪੁਰਖਾਂ ਦਾ। ਸੰਤ ਬਾਬਾ ਜਸਪਾਲ ਸਿੰਘ ਜੀ ਮਨਸੂਰ ਦੇਵਾ ਵਾਲੇ ਜੋ ਕਿ ਅੱਜ ਕੱਲ੍ਹ ਮੌਦਗੀ ਵਿਖੇ ਸੇਵਾ ਨਿਭਾ ਰਹੇ ਆ, ਮਹਾਂਪੁਰਖਾਂ ਦਾ ਧੰਨਵਾਦ। ਸੰਤ ਬਾਬਾ ਰਾਮਾਨੰਦ ਜੀ ਭਗਤਾ ਭਾਈ ਨਾਲ ਮਾਤਾ ਜੀ ਪਹੁੰਚੇ ਆ, ਸੋ ਪਹੁੰਚਣ ਦੇ ਧੰਨਵਾਦ ਜੀ ਆਇਆਂ ਨੂੰ। ਗ੍ਰੰਥੀ ਸਿੰਘ ਸਾਹਿਬਾਨਾਂ ਦਾ ਧੰਨਵਾਦ ਜਿਨ੍ਹਾਂ ਨੇ ਪਾਸੋਂ ਰੋਜ਼ ਤੋਂ ਇਹ ਸੇਵਾ ਨਿਭਾ ਰਹੇ ਆ। ਹੋਰ ਸਮੁੱਚੀਆਂ ਸੰਗਤਾਂ ਜਿਨ੍ਹਾਂ ਨੇ ਵੀ ਤਨ ਮਨ ਤੇ ਧੰਨ ਕਰਕੇ ਇੱਥੇ ਸੇਵਾ ਨਿਭਾਈ ਹੈ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਇੱਥੋਂ ਦੇ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਜੀ। ਸੋ ਬੇਨਤੀ ਹੈ ਕਿ ਸਤਿਗੁਰਾਂ ਦੀ ਪਵਿੱਤਰ ਦੇਖਭਾਲ ਤੇਗੀ ਤੇ ਨਾਲ ਦੀ ਨਾਲ ਮਹਾਂਪੁਰਖਾਂ ਦੀ ਪੰਗਤ ਲੱਗੇਗੀ। ਉਸ ਤੋਂ ਬਾਅਦ ਵਿੱਚ ਸੰਤ ਬਾਬਾ ਮਲਕੀਰ ਦਾਸ ਜੀ ਗਊਸ਼ਾਲਾ ਵੀਰ ਸਿੱਖਾਂ ਤੋਂ ਪਹੁੰਚੇ ਹੈ, ਮਹਾਂਪੁਰਖਾਂ ਨੂੰ ਜੀ ਆਇਆਂ ਨੂੰ ਧੰਨਵਾਦ ਮਹਾਂਪੁਰਖਾਂ ਦਾ। ਵੱਡੀ ਸੇਵਾ ਮਹਾਂਪੁਰਖਾਂ ਦੀ, ਬਹੁਤ ਸੇਵਾਵਾਂ ਨਿਭਾਉਂਦੇ ਆ, ਸਾਡੇ ਤੇ ਵੀ ਮਿਹਰ ਭਰਿਆ ਹੱਥ ਉਹਨਾਂ ਮਹਾਂਪੁਰਖਾਂ ਦਾ ਕਰਾ, ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ। ਸਾਡੇ ਥਾਣਾ ਚੈੱਕ ਦੇ SHO ਸਰਦਾਰ ਪੂਰਨ ਸਿੰਘ ਜੀ ਨੇ 5000 ਰੁਪਇਆ ਸੇਵਾ ਵਿੱਚ ਹਿੱਸਾ ਪਾਇਆ ਵਾ। ਪਰਮਾਤਮਾ ਤੁਹਾਨੂੰ ਕਲਾ ਬਖਸ਼ੇ, ਤੈਨੂੰ ਕੋਲੇ ਰਾਤ ਤੋਂ ਕੋਲੇ ਤਰੱਕੀ ਬਖਸ਼ੇ। ਕੱਲ੍ਹ ਵੀ ਉਹਨਾਂ ਦਾ ਰਾਜਸਥਾਨ ਨੂੰ ਆਪਣਾ ਜੱਥਾ ਭੇਜਿਆ ਤੇ ਬਹੁਤ ਬਾਬਾ ਜੀ ਦੀ ਮਿਹਰ ਸੀਗਾ, ਸੰਗਤ ਨੂੰ ਲਿਆ ਕੀਤਾ ਉਹਨਾਂ ਨੇ। ਅਸੀਂ SHO ਸਰਦਾਰ ਪੂਰਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕੀਤੀ ਜਾਂਦੀ ਆ ਵੀ ਗੁਰੂ ਸਾਹਿਬ ਆਪਾਂ ਗੁਰਦੁਆਰਾ ਸਾਹਿਬ
ਇੱਥੋਂ ਲੈ ਕੇ ਜਾਣਾ ਪਾਰਟੀ ਦੇ ਨਾਲ ਮੇਰੀਆਂ ਭੈਣਾਂ ਨੂੰ ਅਤੇ ਸਾਰੇ ਬੱਚਿਆਂ ਨੂੰ ਬੇਨਤੀ ਆ ਵੀ ਪ੍ਰਸ਼ਾਦਾ ਪਾਣੀ ਛਕ ਲਓ ਅਤੇ ਸਾਰੀ ਸੰਗਤ ਨੇ ਨਾਲ ਜਾਣਾ ਜਿਵੇਂ ਆਪਾਂ ਇੰਨੀ ਸੰਗਤ ਗੁਰੂ ਸਾਹਿਬ ਨੂੰ ਲੈ ਕੇ ਆਏ ਹਾਂ ਉਸੇ ਤਰੀਕੇ ਦੇ ਨਾਲ ਹੀ ਆਪਾਂ ਗੁਰੂ ਘਰੇ ਜਾਣਾ ਸੰਗਤ ਨੇ ਵੱਧ ਤੋਂ ਵੱਧ ਰੌਣਕ ਵਧਾਉਣੀ ਆ ਸਾਰੇ ਪਰਿਵਾਰ ਨੇ ਵੱਡੇ ਬੱਚਿਆਂ ਨੇ ਵੀ ਜੋ ਕੋਈ ਬਜ਼ੁਰਗ ਆ ਉਹ ਵੀ ਸੰਤ Rock.